ਭਾਰ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਪ੍ਰੋਗਰਾਮ ਪੋਸ਼ਣ ਮਿਸ਼ਨ ਤਹਿਤ ਸਮੂਚੇ ਦੇਸ਼ ਵਿੱਚ ਪਿੰਡੂ ਖੇਤਰਾਂ ਵਿੱਚ ਸਥਿਤ ਸਿਹਤ ਕੇਂਦਰਾਂ ਵਿੱਚ ਗਰਭਵਤੀ ਮਹਿਲਾਵਾਂ ਅਤੇ ਮਾਂ ਬਣ ਚੁੱਕੀਆਂ ਮਹਿਲਾਵਾਂ ਨੂੰ ਆਪਣਾ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਨਿੱਕੇ ਬੱਚੇ ਦੇ ਪਹਿਲੇ 1000 ਦਿਨਾਂ ਦੌਰਾਨ ਪੋਸ਼ਣ ਦੇ ਪੰਜ ਸੂਤਰਾਵਾਂ ਬਾਰੇ ਦੱਸਿਆ ਜਾਂਦਾ ਹੈ ਜਿਨ੍ਹਾਂ ਵਿੱਚ ਬੱਚੇ ਨੂੰ ਪੋਸਟਿਕ ਆਹਾਰ ਦੇਣ ਤੋਂ ਇਲਾਵਾ ਅਨੀਮੀਆ ਤੇ ਡਾਇਰੀਆ ਤੋਂ ਬਚਾਅ ਵਾਸਤੇ ਹੱਥਾਂ ਦੀ ਸਫਾਈ ਅਤੇ ਸੈਨੀਟੇਸ਼ਨ ਪ੍ਰਤੀ ਜਾਗਰੂਕ ਕਰਦਿਆਂ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਬਾਰੇ ਵਿਸਤਾਰਪੂਰਵਕ

ਇਸ ਏਲੜੀ ਤਹਿਤ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਹੈਲਥ ਵੈਲਨੈਸ ਸੈਂਟਰਾਂ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਗਰਭਵਤੀ ਮਹਿਲਾਵਾਂ ਅਤੇ ਪਹਿਲੀ ਵਾਰ ਮਾਂ ਬਣਨ ਵਾਲੀਆਂ ਮਹਿਲਾਵਾਂ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਖੁਦ ਦੀ ਸਿਹਤ ਨੂੰ ਠੀਕ ਰੱਖਣ ਅਤੇ ਪੋਸ਼ਟਿਕ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਹਰ ਡਾਕਟਰਾਂ ਵੱਲੋਂ ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਖੁਰਾਕ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰਾਂ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਸਿਹਤ ਅਮਲੇ ਦੀਆਂ ਮਹਿਲਾਵਾਂ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਘਰ ਤੋਂ ਕੱਟ 6 ਮਹੀਨੇ ਆਪਣਾ ਦੁੱਧ ਜ਼ਰੂਰ ਪਿਲਾਉਣ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ ਕਿਉਂਕਿ ਮਾਂ ਦਾ ਦੁੱਧ ਹੀ ਪੂਰਨ ਤੌਰ ਤੇ ਇੱਕ ਬੱਚੇ ਲਈ ਪੋਸਟਿਕ ਆਹਾਰੇ ਗਰਭਵਤੀ ਮਹਿਲਾਵਾਂ ਅਤੇ ਨਿੱਕੇ ਬਾਲਾਂ ਨੂੰ ਦੁੱਧ ਪਿਆ ਰਹੀਆਂ ਮਾਵਾਂ ਨੂੰ ਪੋਸਟਿਕ ਆਹਾਰ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਖਾਧੀ ਜਾਂਦੀ ਖੁਰਾਕ ਅਤੇ ਉਹਨਾਂ ਵੱਲੋਂ ਆਪਣੇ ਬੱਚੇ ਨੂੰ ਪਿਲਾਏ ਜਾਂਦੇ ਦੁੱਧ ਤੇ ਹੀ ਬੱਚਿਆਂ ਦੀ ਤੰਤਰੁਸਤੀ ਨਿਰਭਰ ਕਰਦੀ ਏ ਇਸ ਦੇ ਨਾਲ ਹੀ 6 ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਖਿਚੜੀ ਦਲੀਆ ਖੀਰ ਉਬਲਿਆ ਆਲੂ ਆਦਿ ਭੋਜਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਹਫਤੇ ਦੇ ਹਰ ਬੁੱਧਵਾਰ ਮਨਾਏ ਜਾਂਦੇ ਮਮਤਾ ਦਿਵਸ ਦੌਰਾਨ ਮਹਿਲਾਵਾਂ ਦੇ ਵੈਕਸੀਨੇਸ਼ਨ ਬੱਚਿਆਂ ਦਾ ਟੀਕਾ ਕਰਨ ਗਰਭਵਤੀ ਮਹਿਲਾਵਾਂ ਦਾ ਚੈੱਕਅਪ ਲੋੜਿੰਦਾ ਟੀਕਾ ਕਰਨ ਜਨਰਲ ਚੈੱਕਅਪ ਕਰਨ ਦੇ ਨਾਲ-ਨਾਲ ਕਮਿਊਨਿਟੀ ਸਿਹਤ ਅਫਸਰ ਨਪ੍ਰੀਤ ਕੌਰ ਕੁਲਦੀਪ ਕੌਰ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਰਜਿੰਦਰ ਕੁਮਾਰ ਬਲਾਕ ਐਜੂਕੇਟਰ ਬਬੀਤਾ ਰਾਣੀ ਮਲਟੀਪਰਪਸ ਹੈਲਥ ਵਰਕਰ ਆਦ ਪਿੰਡਾਂ ਵਿੱਚ ਜਾਗਰੂਤਾ ਮਿਸ਼ਨ ਤਹਿਤ ਮਹਿਲਾਵਾਂ ਤੇ ਬੱਚਿਆਂ ਨੂੰ ਸੰਤੁਲਿਤ ਭੋਜਨ ਲੈਣ ਲਈ ਪ੍ਰੇਰਿਤ ਕਰਦੇ ਨੇ ਜਾਗਰੂਤਾ ਪ੍ਰੋਗਰਾਮ 'ਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਆ ਕੇ ਉਹਨਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਦੀ ਸਹੀ ਜਾਣਕਾਰੀ ਮਿਲਣ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ ਹੈ ਮੇਰਾ ਨਾਮ ਮਨਪ੍ਰੀਤ ਕਾਰਿਆ ਮੈਂ ਪਿੰਡ ਖਫਰਾਣੇ ਦੀ ਰਹਿਣ ਵਾਲੀ ਆ ਮੇਰੇ ਬੱਚਾ ਹੋਣ ਵਾਲਾ ਜਦੋਂ ਮੇਰਾ ਬੱਚਾ ਹੋਣ ਵਾਲਾ ਸੀ ਆ ਮੈਂ ਦੂਜੇ ਮਹੀਨੇ ਆ ਕੇ ਇਹਨਾਂ ਨੂੰ ਦੱਸਿਆ ਕਿ ਮੇਰਾ ਬੱਚਾ ਹੋਣ ਵਾਲਾ ਫਿਰ ਇਹਨਾਂ ਨੇ ਮੇਰਾ ਕਾਰਡ ਬਣਵਾਇਆ ਤੇ ਫਿਰ ਇਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਕਿੱਦਾਂ ਆਪਣਾ ਖਿਆਲ ਰੱਖਣਾ ਵਾ ਮੇਰਾ ਨਾਮ ਮਨਪ੍ਰੀਤ ਹੈ ਮੈਂ ਤਖਰੇਣੀ ਫੰਡ ਦੀ ਰਹਿਣ ਵਾਲੀ ਆ ਮੇਰਾ ਬੱਚਾ ਹੋਣ ਵਾਲਾ ਸੀ ਤੇ ਆਰਨੀਆਂ ਕੈਲਸ਼ੀਅਮ ਦੀਆਂ ਗੋਲੀਆਂ ਦਿੰਦੇ ਸੀ ਵਧੀਆ ਸਟਾਫ ਆ ਵਧੀਆ ਸਾਰਾ ਕੁਝ ਬੱਤ ਤੇ ਵਸ ਗਿਆ ਕੀ ਕੀ ਖਾਣਾ ਪੀਣਾ ਵਾ ਬੀ ਚੰਗੀ ਸਿਹਤ ਭਰੇ ਦੱਸ ਦੇ ਆ ਸਾਰਾ ਤੇ ਵੀ ਵੀ ਘਰ ਦਾ ਚੀਜ਼ ਪਾਣੀ ਖਾਣਾ ਦਹੀਂ ਲਸੀ ਵੀ ਜੀ ਹੁਣ ਮੇਰੀ ਬੇਟੀ ਹੋਈ ਆ ਤੇ ਹਰ ਮੈਨੂੰ ਸਟਾਕ ਮੇਰਾ ਦਾਦਾ ਜੀ ਕਹੇ ਖਿਆਲ ਰੱਖਣਾ ਬੱਚੇ ਦਾ ਵੀ ਕੀ ਖਾਣਾ ਪੀਣਾ ਮੈਂ ਬੱਚੇ ਨੂੰ ਵੀ ਦੁੱਧ ਪਾਣੀ ਵਧੀਆ ਦਿਆ ਸਰਕਾਰ ਨੇ ਜੋ ਪੋਸ਼ਣ ਮਿਸ਼ਨ ਇਹ ਚਲਾਇਆ ਹੈ ਇਸ ਦੇ ਤਹਿਤ ਸਾਡੀਆਂ ਆਸ਼ਾ ਕਰਕਰ ਜਾ ਕੇ ਗਰਭਵਤੀ ਔਰਤਾਂ ਨੂੰ ਅਤੇ ਦੂਜੀਆਂ ਜਿਨ੍ਹਾਂ ਦਾ ਜਨੇਪਾ ਹੋ ਚੁੱਕਾ ਉਹਨਾਂ ਨੂੰ ਪੋਸ਼ਣ ਬਾਰੇ ਦੱਸਦੀਆਂ ਪੋਸ਼ਣ ਦਾ ਮਤਲਬ ਹੀ ਇਹ ਹੈ ਕਿ ਚੰਗੀ ਖੁਰਾਕ ਖਾਣਾ ਉਹ ਖੁਰਾਕ ਬਾਰੇ ਸਾਰੀ ਜਾਣਕਾਰੀ